ਅਸਲਾਮ ਵਾਲੇਕਮ ਸਿਆਸੀ ਡੈਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤੇ ਮਿਠਾ ਜੀ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਯਕੀਨ ਕਰੋ ਕਿ ਅਸੀਂ ਤੁਹਾਨਾਂਗੇ ਦੱਸਿਆ ਕਿ ਮੌਲਵੀ ਸਰਾਜੁਲ ਅਖ ਜਿਹੜਾ ਉਹਨੂੰ ਸੁਪਰੀਮ ਕੋਰਟ ਦੇ ਵਿੱਚੋਂ ਉਹ ਜੱਜ ਸਾਹਿਬ ਜਿਹੜੇ ਨੇ ਤਾਰਿਕ ਮਸੂਦ ਸਾਹਿਬ ਉਹਨਾਂ ਨੇ ਚੰਗਾ ਭਲਾ ਉੱਥੇ ਤੌਣੀ ਲਾਈ ਤੌਣੀ ਲਾ ਕੇ ਕੋ ਕਾਨੂੰਨ ਵੀ ਸਮਝਾਇਆ ਹੋਣਾ ਕੋ ਆਇਨ ਵੀ ਸਮਝਾਇਆ ਹੋਣਾ ਕੋ ਪਾਕਿਸਤਾਨ ਦੇ ਨਾਲ ਮੁਹੱਬਤ ਪਿਆਰ ਵੀ ਸਮਝਾਇਆ ਹੋਣਾ ਔਰ ਸਰਾਜੁਲ ਹਕਮ ਬੰਦੇ ਜਿਹੜੇ ਨੇ ਐਵੇਂ ਹੀ ਮਤਲਬ ਕਿ ਰਾਹ ਜਾਂਦੇ ਹੀ ਬੱਸਾਂ ਦੇ ਅੱਡੇ ਤੇ ਖੜੋ ਕੇ ਕਿਰਾਇਆ ਕਿਸੇ ਕੋਲ ਮੰਗ ਲਿਆ ਕਿਸੇ ਕੋਲ ਨਾਨ ਚਨੇ ਖਾ ਲა ਕਿਸੇ ਕੋਲ ਪਾਪੜ ਖਾ ਲა ਕਿਸੇ ਕੋਲ ਗੰਨੇ ਦਾ ਰਸ ਪੀ ਲਿਆ ਇਸ ਤਰ੍ਹਾਂ ਦੇ ਲੋਕ ਮਤਲਬ ਕਿ ਕੋਈ ਅੱਗਾ ਪਿਛਾ ਨਹੀਂ ਨਾ ਕੋ ਘਾਰ ਹੈ ਨਾ ਕੋ ਬੂਆ ਸਰਾਜੁਲ ਹਕਮ ਮੋਲਵੀ ਉਹ ਛੋਟਾ ਟੋਕਾ ਮਤਲਬ ਕੋਈ ਅੱਗਾ ਪਿਛਾ ਹੀ ਨਹੀਂ ਇਹ ਕਿੰਨੀ ਬਰਬਾਦੀ ਕੀਤੀ ਇਸ ਬੰਦੇ ਨੇ ਮਤਲਬ ਜੱਜ ਨੇ ਕਿਹਾ ਵੇ ਤੂੰ ਪਿਛਲੇ 7 ਸਾਲ ਪਾਕਿਸਤਾਨ ਦੇ ਵਿੱਚ ਜਿਹੜੀ ਬਰਬਾਦੀ ਹੋਈ ਹੈ ਸਰਾਜ ਲੱਗ ਤੂੰ ਬਰਾਬਰ ਦਾ ਸ਼ਰੀਕ ਹੈ ਤੇਰੇ ਤੇ ਤੇ ਆਰਟੀਕਲ 6 ਲੱਗਣਾ ਚਾਹੀਦਾ ਬਨਾਮਾ ਕੇਸ ਤੂੰ ਹੀ ਲੈ ਕੇ ਆਇਆ ਸਨ ਤੇ ਉਹਦੇ ਵਿੱਚ ਜਿਹੜੇ ਤੂੰ ਪੈਸੇ ਲੋਕਾਂ ਕੋਲ ਬਾਹਰੋਂ ਫੜੇ ਸਨ 10 ਦਾ 20 ਕਰੋੜ ਤੇ ਹੁਣ ਤੂੰ ਫੇਰ ਆ ਗਿਆ ਇੱਥੇ ਠੀਕ ਹੈ ਨਾ ਅੱਛਾ ਯਕੀਨ ਕਰੋ ਕਿ ਕੋਸ਼ਿਸ਼ ਨਾ ਪੁੱਛੋ ਸ਼ਕਲਾਂ ਵੇਖੋ ਤੇ ਕਰਤੂਦ ਚੈੱਕ ਕਰੋ ਬਸ ਬਾਕੀ ਛੱਡੋ ਸਾਰੀਆਂ ਗੱਲਾਂ ਠੀਕ ਹੈ ਨਾ ਖਬਰਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਲੈ ਕੇ ਆਜਾ ਰਿਹਾ ਹਾਂ Imran Series ਦਾ ਖਾਤਮਾ ਤੇ ਸ਼ੁਕਰੀਆ ਹਾਫਿਜ਼ ਸਾਹਿਬ ਅੱਛਾ ਹਾਫਿਜ਼ ਸਾਹਿਬ ਦੱਸੋ ਇਹ ਹਲਵਾ ਜਿਹੜਾ ਨਾ ਯਕੀਨ ਕਰੋ ਕਿ ਬੜਾ ਹੀ ਮਜ਼ੇਦਾਰ ਹੈ Imran Series ਦਾ ਖਾਤਮਾ ਤੇ ਸ਼ੁਕਰੀਆ ਹਾਫਿਜ਼ ਸਾਹਿਬ 9 ਮਈ ਤੋਂ ਲੈ ਕੇ 9 ਜੂਨ ਤੱਕ ਦਾ ਸਫ਼ਰ ਤੇ ਨਿਆਜ਼ੀ ਬਰਬਾਦ ਠੀਕ ਹੋ ਗਿਆ ਇਹਦੇ ਤੇ ਗੱਲ ਕਰਨੇ ਆ ਅਗਲੀ ਖਬਰ ਇਹ ਹੋਏਗੀ ਯੂਥੀਏ ਪਟਵਾਰੀਆਂ ਕੋਲ ਮਾਫੀਆਂ ਮੰਗਣ ਲੱਗ ਗਏ ਬਹੁਤ ਵੱਡੀ ਖਬਰ ਇਹਦੇ ਤੇ ਬਹੁਤ ਵੱਡੀ ਇਤਲਾਅ ਔਰ ਸਬਕ ਜਿਹੜਾ ਇਹ ਮੈਂ ਤੁਹਾਡੇ ਸਾਹਮਣੇ ਪੇਸ਼ ਰੱਖਣਾ ਪਹਿਲੀ ਖਬਰ ਤੇ ਆਜੋ Imran series ਦਾ ਖਾਤਮਾ ਉਹ ਯਾਦ ਹੈ ਬਚਪਨ ਦੇ ਵਿੱਚ ਉਹ ਰਸਾਲੇ ਮਿਲਦੇ ਹੁੰਦੇ ਸਨ Imran series ਔਰ ਉਹ ਪਤਾ ਨਹੀਂ ਅਜੀਬੋ ਗਰੀਬ ਕਿਸਮ ਦੀ ਆਈ ਉਹ ਸੀਰੀਜ਼ ਸੀ ਕੋਈ ਸਾਜ਼ਿਸ਼ਾਂ ਹੀ ਉਹਦੇ ਵਿੱਚ ਹੁੰਦੀਆਂ ਸੀ ਜਾਂ ਪਤਾ ਨਹੀਂ ਕੀ ਕੀ ਹੁੰਦਾ ਸੀ ਹੁਣ ਮੈਂ ਤਾਂ ਭੁੱਲ ਗਏ ਆ ਤੇ ਇਹ Imran series ਸੀ ਇੱਕ ਜਿਹੜੀ ਇਸਰਾਇਲ ਤੋਂ ਸ਼ੁਰੂ ਹੋਈ ਅਮਰੀਕਾ ਔਰ ਇਸਰਾਇਲ ਔਰ ਪਤਾ ਨਹੀਂ ਕਿੱਥੋਂ ਕਿੱਥੋਂ ਸ਼ੁਰੂ ਹੋਈ ਮੋਰਾ ਪਾਲਿਆ ਗਿਆ ਪਾਲ ਕੇ ਜਵਾਨ ਕੀਤਾ ਗਿਆ ਔਰ ਉਹ ਉਹ ਉਹਦਾ ਮਤਲਬ ਕਿ ਸਾਰਾ ਖੋਪੜਾ ਹੀ ਜਿਹੜਾ ਹੈ ਨਾ ਉਹ ਖਰਾਬ ਕੀਤਾ ਗਿਆ ਔਰ ਉਹਨੂੰ ਐਸਾ ਤਿਆਰ ਕੀਤਾ ਕਿ ਤੇਰੇ ਕੋਲ ਅਸਾਂ ਪਾਕਿਸਤਾਨ ਤਬਾਹ ਕਰਾਣਾ ਪਾਕਿਸਤਾਨ ਸਾਨੂੰ ਚੁਬਦਾ ਇਹ ਮੋਰਾ ਤਿਆਰ ਇਹ ইমরান ਸੀਰੀਜ਼ ਹੀ ਸੀ ਨਾ ਜਿਹੜੀ ਇਸਰਾਇਲ ਤੋਂ ਸ਼ੁਰੂ ਹੋ ਕੇ ਤੇ ਅੱਜ 2023 ਜੂਨ ਦੇ ਵਿੱਚ ਜਾ ਕੇ ਸ਼ਾਰਨਾਂ ਜਾ ਕੇ ਫੱਕੀ ਦੇ ਕੇ ਤੇ ਖਤਮ ਕੀਤੀ ਹੈ ਲੰਮੀ ਸੀਰੀਜ਼ ਸੀ ਠੀਕ ਹੈ ਪੈਸੇ ਦਿੱਤੇ ਗਏ ਵਿਆਹ ਖੜਕੁਆਏ ਗਏ ਸ਼ੌਕਤ ਖਾਨਮ ਬਣਾ ਕੇ ਦਿੱਤਾ ਗਿਆ ਯੂਨੀਵਰਸਟੀਆਂ ਬਣਾ ਕੇ ਦਿੱਤੀਆਂ ਖਰਪਤੀ ਕਰ ਦਿੱਤਾ ਪੈਸੇ ਮਾਈਆਂ ਮੁੰਡੇ ਦੁਨੀਆ ਦੀ ਹਰ ਸ਼ਹਿ ਲਿਆ ਕੇ ਦੀ ਝੋਲੀ ਚ ਰੱਖੀ ਉਹ ਜਿਹੜੇ ਯੁੱਥੀ ਇਹ ਨਹੀਂ ਕਹਿੰਦੇ ਕਿ ਖਾਨ ਸਾਹਿਬ ਤੇ ਅਰਪਤੀ ਨੇ ਖਾਨ ਸਾਹਿਬ ਨੂੰ ਕੀ ਲੋੜ ਹੈ ਖਾਨ ਸਾਹਿਬ ਤੇ ਖidmat ਕਰਨ ਆਏ ਨੇ ਤੇ ਇਹ ਪੈਸੇ ਆਏ ਕਿੱਥੋਂ ਅਰਪਤੀ ਕਿੱਥੋਂ ਬਣ ਗਿਆ ਉਹ ਕਿਹੜੀਆਂ ਫੈਕਟਰੀਆਂ ਦੇ ਪਿਓ ਦੀਆਂ ਚੱਲਦੀਆਂ ਪਿਓ ਇਕਰਮullah ਨਿਆਜ਼ੀ ਨੂੰ ਤੇ ਭੁੱਟੋ ਦੌਰੇ ਚ ਕਰਪਸ਼ਨ ਦੇ ਵਿੱਚ ਕੱਢ ਦਿੱਤਾ ਸੀ ਉਹ ਵਾਬਡਾ ਦਾ ਤੇ ਉਹ ਐਕਸੀਐਨਸੀ ਕਿਓਵਰਸੀਅਰ ਸੀ ਉਹਨੂੰ ਕੱਢ ਦਿੱਤਾ ਉਹ ਕੈਸ਼ ਲੈਂਦਾ ਫੜਿਆ ਗਿਆ ਐਡਾ ਕੋਈ ਬੇਫਕੂਫ ਸੀ ਨਿਆਜ਼ੀ ਜੂ ਸਤ ਬੇਫਕੂਫੀ ਹੋਣਾ ਇਹ ਸੀਰੀਜ਼ ਜਿਹੜੀ ਆ ਇਹ ਚੱਲੀ ਚੱਲ ਕੇ ਤੇ ਇਹ ਪਿਛਲੇ 10 12 ਸਾਲ ਤੁਹਾਡੇ ਪਾਕਿਸਤਾਨ ਦੇ ਵਿੱਚ ਜਿਹੜੀ ਅਫਰਾ ਤਫਰੀ ਰਹੀ ਹੈ ਮੈਂ ਇੱਕ ਅਖਬਾਰ ਪੜ ਰਿਆ ਸੀ ਬਾਹਰ ਦੀ ਉਦੇ ਵਿੱਚ ਮੁਲਕਾਂ ਦੇ ਵਿੱਚ ਜਿਹੜੇ ਹਾਲਾਤ ਔਰ ਮੌਅਸ਼ੀ ਸਟੇਬਿਲਟੀ ਔਰ ਇਸ ਤਰ੍ਹਾਂ ਇਸਤਕਾਮ ਦੇ ਬਾਰੇ ਗੱਲਾਂ ਸੀ ਕਿ ਉਹ ਲਿਖਿਆ ਸੀ ਕਿਸੇ ਨੇ ਗੋਰੇ ਨੇ ਉਹਨੇ ਕਿਹਾ ਪਾਕਿਸਤਾਨ ਜਿਹੜਾ ਇਹ ਸੋਨੇ ਦੀ ਚਿੜੀਆ ਹੈ ਲੇਕਿਨ ਇਹਦੇ ਵਿੱਚ ਪਿਛਲੇ 10 12 ਸਾਲ ਤੋਂ ਇੱਕ ਬੰਦੇ ਨੂੰ ਛੱਡਿਆ ਗਿਆ ਵਾ ਤੂੰ ਪਾਕਿਸਤਾਨ ਵਿੱਚ ਇਸਤਕਾਮ ਨਹੀਂ ਆਣ ਦੇਣਾ ਤੁਸੀਂ ਵੇਖ ਲਓ 2011 ਤੋਂ ਲੱਗ ਲਓ 2010 ਤੋਂ ਤੁਸੀਂ ਸ਼ੁਰੂ ਹੋ ਜਾਓ ਜਦੋਂ ਫੈਜ਼ ਨੇ ਪਾਰਟੀ ਬਣਾਈ ਔਰ ਸਾਰਾ ਹਿਸਾਬ ਕਦੋਂ ਸ਼ੁਰੂ ਕੀਤਾ ਰਾਇਲ ਸ਼ਰੀਫ ਫਰੀਦ ਸਾਰੇ ਇਕੱਠਿਆਂ ਹੋ ਕੇ ਇਹਨਾਂ ਨੇ ਜਦੋਂ ਫੈਸਲਾ ਕੀਤਾ ਕਿ ਅਸੀਂ ਆ ਮੋਰਾ ਲੈ ਕੇ ਆਣਾ 2010 ਤੋਂ ਲੈ ਕੇ 23 ਤੱਕ 13 ਸਾਲ ਉਹ ਕਹਿੰਦੇ ਨੇ ਕਿ ਇੱਕ ਬੰਦੇ ਨੇ ਪਾਕਿਸਤਾਨ ਦਾ ਬੇੜਾ ਕਰ ਕਰ ਦਿੱਤਾ ਜਿਹਦਾ ਨਾਂ Imran Khan ਹੈ ਉਹ ਨਾਲ ਉਹ ਵੀ ਲਿਖਦੇ ਨੇ ਕਿ ਸੋਨੇ ਦੀ ਚਿੜੀਆ ਪਾਕਿਸਤਾਨ ਅਗਰ ਪਾਕਿਸਤਾਨ ਵਿੱਚ ਇਸਤਕਾਮ ਹੋਏ ਤੇ ਪਾਕਿਸਤਾਨ ਨੂੰ ਕਿਸੇ ਸ਼ਾਇਦ ਦੀ ਜ਼ਰੂਰਤ ਹੀ ਨਾ ਪਵੇ ਇੰਨੇ ਕੋ ਉੱਥੇ ਮਤਲਬ ਕਿ ਅੱਲਾ ਦਾ ਫਜ਼ਲੋ ਕਰਮ ਹੈ ਹਰ ਸ਼ੈ ਉੱਥੇ ਮੌਜੂਦ ਹੈ ਲੇਕਿਨ ਇਸ ਬੰਦੇ ਨੂੰ ਉੱਥੇ ਲਾਂਚ ਕਰਕੇ ਤੇ ਮੁਲਕ ਨੂੰ ਬਰਬਾਦ ਕੀਤਾ ਗਿਆ ਤਬਾਹ ਕੀਤਾ ਗਿਆ ਫਿਰ ਇਹਨੂੰ ਵਜ਼ੀਰ ਆਜ਼ਮ ਬਣਾ ਕੇ ਤੇ ਖਾਤਾ ਹੀ ਗੋਲ ਕਰ ਦਿੱਤਾ ਗਿਆ ਇਹ ਉਹ ਲਿਖਦੇ ਨੇ ਬਾਹਰ ਦੇ ਅਖਬਾਰਾਂ 'ਚ ਜਿਹੜੇ ਅੰਗਰੇਜ਼ ਨੇ ਜਿਹੜੇ ਜਿਨ੍ਹਾਂ ਨੂੰ ਇਹ ਸਾਰਾ ਹਿਸਾਬ ਕਿਤਾਬ ਦਾ ਪਤਾ ਹੁੰਦਾ ਠੀਕ ਹੈ ਨਾ ਇਹ ਜਨਾਬ ਇਮਰਾਨ ਸਰੀਜ਼ ਦਾ ਖਾਤਮਾ ਜਿਹੜਾ ਇਹ ਹੋ ਚੁੱਕਿਆ ਔਰ ਇਹਦੇ 'ਚ ਮੈਂ ਹਾਫਿਜ਼ ਸਾਹਿਬ ਨੂੰ ਜਨਾਬ ਆਰਮੀ ਚੀਫ ਸਾਹਿਬ ਨੂੰ ਸਲਾਮ ਪੇਸ਼ ਕਰਨਾ ਔਰ ਮੈਂ ਸਮਝਾ ਕਿ ਅਗਰ ਆਰਮੀ ਚੀਫ ਕੋਈ ਹੋਰ ਹੁੰਦਾ ਤੇ ਇਹ ইমরান ਸਰੀਜ਼ ਜਿਹੜੀ ਇਹ ਅਗਾ ਕਿਤੇ ਦੇ ਨਿਕਲ ਜਾਂਦੀ ਹੋਰ 10 20 ਸਾਲ ਠੀਕ ਹੈ ਨਾ ਮਤਲਬ ਤੁਸੀਂ ਅੰਦਾਜ਼ਾ ਲਾ ਲਓ ਨਾ ਭਾਈ ਇਹ ਇਹ ਨੂੰ ਮਕਾਨ ਵਾਸਤੇ ਵੀ ਤੇ ਕੋਈ ਜਿਗਰਾ ਚਾਹੀਦਾ ਸੀ ਨਾ ਇਹ ਜਿਹੜਾ ਖਾਤਾ ਸ਼ੁਰੂ ਹੋਇਆ ਸੀ ਪਾਕਿਸਤਾਨ ਦੇ ਵਿੱਚ ਇਹ ਜੋ ਝਖੜ ਚੱਲੇ ਸਨ ਇਹਨੂੰ ਖਤਮ ਕਰਨ ਵਾਸਤੇ ਵੀ ਤੇ ਕੋਈ ਜਿਗਰੇ ਵਾਲੀ ਮਾਂ ਦਾ ਜਿਗਰੇ ਵਾਲਾ ਮੁੰਡਾ ਚਾਹੀਦਾ ਸੀ ਜਿਹੜਾ ਸ਼ਾਹਰੀ ਨੇ ਸਾਡੇ ਤੇ ਹੁਣ ਹਾਲਤ ਇੱਥੇ ਪਹੁੰਚ ਚੁੱਕੀ ਹੈ ਕਿ ਮਤਲਬ ਕਿ ਹਰ ਸ਼ਾ ਖਤਮ ਪਾਣੀ ਪੁੱਛਣ ਵਾਲਾ ਕੋਈ ਨਹੀਂ ਤੂੰ ਵੇਖ ਅੱਲਾ ਦੀਆਂ ਕਰਨੀਆਂ ਕਿ ਮੀਨਾ ਪਹਿਲੇ ਗੱਲ ਫਿਰ ਉੱਥੇ ਆ ਗਈ ਨਾ ਮੈਂ 9 ਮਈ ਤੋਂ 9 ਜੂਨ ਤੱਕ ਦਾ ਸਫ਼ਰ ਤੇ ਨਿਆਜ਼ੀ ਬਰਬਾਦ 9 ਮਈ ਤੋਂ ਪਹਿਲਾਂ ਮਜਮੇ ਲੱਗੇ ਹੁੰਦੇ ਸੀ 9 ਮਈ ਤੋਂ ਪਹਿਲਾਂ ਮਜਮੇ ਲੱਗੇ ਸੀ ਜ਼ਮਾਨ ਪਾਰਕ ਵਿੱਚ ਔਰ ਅਰਬ ਰੁਪਈਆ ਰੋਜ਼ਾਨਾ ਇਕੱਠਾ ਹੋ ਰਿਹਾ ਸੀ ਟਿਕਟਾਂ ਵਿਕ ਰਹੀਆਂ ਸੀ ਪੰਜਾਬ ਅਸੈਂਬਲੀ ਦੀਆਂ 10 10 20 20 ਕਰੋੜ ਵਿੱਚ ਔਰ ਫਿਰ ਇਹ ਵੀ ਕਿ ਇੱਕ ਇੱਕ ਹਲਕੇ ਦੇ ਵਿੱਚੋਂ 5-5 ਉਮੀਦਵਾਰਾਂ ਕੋਲੋਂ 5-5 ਕਰੋੜ ਲਿਆ ਗਿਆ ਇੱਕ ਇੱਕ ਹਲਕੇ ਚੋਂ 5ੀ-5ੀ ਕਰੋੜ ਅਜ ਮਜਮੇ ਲੱਗੇ ਨੇ 16-17 ਅਰਬ ਰੁਪਈਆ ਇਕੱਠਾ ਕੀਤਾ ਬੋਰਿਆਂ ਚ ਭਰਿਆ ਫਿਰ ਟੋਏ ਕੱਢ ਕੇ ਵਿੱਚ ਲੱਕੜ ਦੇਆਂ ਡੱਬਿਆਂ ਦੇ ਵਿੱਚ ਪਾਇਆ ਸ਼ਬਸ਼ਬਾ ਚੱਲ ਰਿਆ ਸੀ ਹਰ ਪਾਸੇ ਤੂਤੀ ਬੋਲਦਾ ਸੀ ਪਿਆ ਤੂਤੀ ਬੋਲਦਾ ਸੀ ਪਿਆ ਯਕੀਨ ਕਰੋ ਔਰ ਅੰਜ ਮਤਲਬ ਕਿ ਤਮਕੀਆਂ ਲਾਈ ਜਾ ਰਿਆ ਸੀ ਫੌਜ ਨੂੰ ਪਾਕਿਸਤਾਨ ਨੂੰ ਓਏ ਮੈਂ ਇੰਜ ਕਰ ਦਿਆਂਗਾ ਮੈਂ ਇੰਜ ਕਰ ਦਿਆਂਗਾ ਮੈਂ ਇਲੈਕਸ਼ਨ ਲੈਣੇ ਨੇ ਮੈਂ ਇਹ ਲੈਣਾ ਹੈ ਮੈਂ ਉਹ ਲੈਣਾ ਮੈਂ ਨਹੀਂ ਗ੍ਰਿਫਤਾਰੀ ਦੇਣੀ ਮੈਂ ਨਹੀਂ ਪੇਸ਼ ਹੋਣਾ ਮੈਂ ਨਹੀਂ ਨੈਬ ਨੂੰ ਜਾਣਦਾ ਮੈਂ ਨਹੀਂ ਕਿਸੇ ਅਦਾਲਤ ਨੂੰ ਜਾਣਦਾ ਔਰ ਅਦਾਲਤਾਂ ਦੇ ਵਿੱਚ 4 4 5 5 ਹਜ਼ਾਰ ਦੇ ਅਫਗਾਨੀ ਜੱਥੇ ਲੈ ਕੇ ਜਾ ਰਿਹਾ ਸੀ ਔਰ ਤੋੜ-ਫੋੜ ਕਰ ਰਿਹਾ ਸੀ ਤੇ 9 ਮਈ ਤੋਂ 9 ਜੂਨ 1 ਮਹੀਨੇ ਦੇ ਵਿੱਚ ਉਸ ਮਾਲਕ ਨੇ ਕੀ ਕਰਮ ਕਰ ਦਿਖਾਇਆ ਸਾਰੀ ਵਿਸਾਰੀ ਆਕੜ ਜਿਹੜੀ ਉਹ ਪੰਨਕ ਰੱਖ ਛੜੀ ਸਾਰਾ غرور تکبر ਖਤਮ ਕਰ ਦਿੱਤਾ ਮਲਿਆ ਮੇਟ ਕਰ ਦਿੱਤਾ ਉਸ ਮਾਲਕ ਨੇ ਹਰ ਚੀਜ਼ ਤੇ ਮੈਂ ਸ਼ਾਹ ਜੀ ਨੂੰ ਇਸਲਾਮ ਪੇਸ਼ ਕਰਨਾ ਔਰ ਪਾਕਿਸਤਾਨ ਦੀ ਗਯੂਰ ਆਵਾਮ ਨੂੰ ਅਦਾਰਿਆਂ ਨੂੰ ਸਿਆਸਤਦਾਨਾਂ ਨੂੰ ਹਕੂਮਤਾਂ ਨੂੰ ਕਿ ਜਿਨ੍ਹਾਂ ਇੱਕ ਮਹੀਨੇ ਦੇ ਵਿੱਚ ਸਾਰੇ ਦਾ ਸਾਰਾ ਜਿਹੜਾ ਏ ਏ ਇਹਦੇ ਅੰਦਰ ਇੱਕ غرور ਸੀ ਉਸ غرور ਨੂੰ 9 ਮਈ ਤੋਂ ਲੈ ਕੇ 9 ਜੂਨ ਤੱਕ ਮਿੱਟੀ ਦੇ ਖਾਕ ਦੇ ਵਿੱਚ ਮਿਲਾ ਦਿੱਤਾ ਔਰ ਅੱਜ ਉਹਨੂੰ ਪਾਣੀ ਪੁੱਛਣ ਵਾਲਾ ਜਿਹੜਾ ਉਹ ਵੀ ਕੋਈ ਨਹੀਂ ਇਸ ਮਾਲਕ ਦੇ ਕਰਮ ਨੇ ਅਸੀਂ ਤੇ ਹਮੇਸ਼ਾ ਕਹਿੰਦੇ ਆ ਕਿ غرੂਰ ਦਾ ਸਰ ਥੱਲੇ ਹੁੰਦਾ ਹੈ। غرੂਰ ਕਦਾ ਜਦੋਂ ਮਿੱਟੀ ਇੱਚੀ ਜਾਣਾ ਤੇ ਖਾਨ ਸਾਹਿਬ غرੂਰ ਕਦਾ ਹਜੇ ਵੀ ਸੁਖ ਲੋ ਚਲੋ ਅਗਲੀ ਉਮਰ ਤੇ ਤੁਹਾਡੀ ਜੇਲ੍ਹ ਚ ਗੁਜ਼ਰਨੀ ਹੈ ਲੇਕਿਨ ਜੇਲ੍ਹ ਜਾਣ ਤੋਂ ਪਹਿਲੇ ਵੀ ਅੱਜ ਦੀ ਸਿੱਖ ਲੈ ਹੋਰੇ ਅੰਦਰ ਜਾ ਕੇ ਤੇਰੇ ਆਸ ਤੇ ਕੋਈ ਆਸਾਨੀਆਂ ਪੈਦਾ ਹੋ ਜਾਣ ਮਿਠਿਆ ਠੀਕ ਹੈ ਨਾ ਅਗਲੀ ਖਬਰ ਤੇ ਆਜੋ ਯੂਥ ਪਟਾ ਪਟਵਾਰੀਆਂ ਕੋਲੋਂ ਮਾਫੀਆਂ ਮੰਗਣ ਲੱਗਿਆ ਵੱਡੀ ਖਬਰ ਐਣ ਪਾਕਿਸਤਾਨ ਚ ਗ੍ਰਿਫਤਾਰੀਆਂ ਹੋ ਰਹੀਆਂ ਹਨ ਯਕੀਨ ਕਰੋ ਕਿ ਮੈਨੂੰ ਕੁ ਦਰਜਨਾਂ ਦੇ ਹਿਸਾਬ ਤੇ ਯੂਥੀਆਂ ਦੇ ਟੈਲੀਫੋਨ ਆਉਂਦੇ ਨੇ ਜਿਹੜੇ ਸਾਨੂੰ ਗਲਮ ਗਲੋਚ ਕਰਦੇ ਸੀ ਬਰਤਾਨੀਆਂ ਦੇ ਵਿੱਚੋਂ ਮੈਨੂੰ ਦਰਜਨਾਂ ਦੇ ਹਿਸਾਬ ਤੇ ਲੋਕਾਂ ਦੇ ਫੋਨ ਆ ਰਹੇ ਜੀ ਸਾਡੇ ਉੱਥੇ ਭਰਾ ਫੜਿਆ ਗਿਆ ਚਾਚਾ ਫੜਿਆ ਗਿਆ ਮਾਮਾ ਫੜਿਆ ਗਿਆ ਤੁਹਾਡੀ ਮਿਹਰਬਾਨੀ ਚੱਟਾ ਸਾਹਿਬ ਤੁਸੀਂ ਜਰਾ ਉੱਤੇ ਕਿਸੇ ਨੂੰ ਕਹਿ ਕੇ ਤੇ ਛਡਾ ਦਿਓ ਤਰਲੇ ਕਰਦੇ ਫਿਰਦੇ ਨੇ ਨਾਲ ਰਿਸ਼ਤੇ ਵੀ ਹੋਣ ਦਿੰਦੇ ਨੇ ਕਿ ਚੱਟਾ ਸਾਹਿਬ ਰਿਸ਼ਤਾ ਵੀ ਇੱਕ ਲੈ ਲੋ ਤੇ ਸਾਡਾ ਬੰਦਾ ਛਡਾ ਦਿਓ ਅਸਈ ਅਸੇ ਲੋਗ ਜਿਹੜੇ ਸਾਡੇ ਕੱਟੜ ਮੁਖਾਲਫ ਨੇ ਸਾਡੀ ਸ਼ਕਲ ਵੇਖਣ ਨੂੰ ਤਰਸ ਨਹੀਂ ਉਹ ਬਰਦਾਸ਼ ਉਹਨਾਂ ਕੋਲ ਹੁੰਦੀ ਅੱਜ ਸਾਡੇ ਉਤਰਲੇ ਕਰਦੇ ਨੇ ਵਾਸਤੇ ਪਾਉਂਦੇ ਨੇ ਰਿਸ਼ਤੇ ਦਿੰਦੇ ਨੇ ਕਿ ਸਾਨੂੰ ਸਾਡੇ ਬੰਦੇ ਫੜੇ ਨੇ ਸਾਨੂੰ ਮਾਫ ਕਰ ਦਿਓ ਇਸ ਹੱਦ ਤੱਕ ਗੱਲ ਜਿਹੜੀ ਇਹ ਪਹੁੰਚ ਚੁੱਕੀ ਹੈ ਹੁਣ ਪਟਵਾਰੀਆਂ ਦੀ ਵੈਲਿਊ ਜਿਹੜੀ ਹੈ ਉਹ ਤਾਂ ਅਸਮਾਨਾਂ ਨੂੰ ਅੰਛ ਹੋ ਗਈ ਹੈ ਉੱਥੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿ ਜੀ ਸਾਰੇ ਫਲਾਣਾ ਫੜਿਆ ਗਿਆ ਤੇ ਜ਼ਰਾ ਛਡਾ ਦੇ ਤੁਹਾਡੀ ਮਿਹਰਬਾਨੀ ਜ਼ਰਾ ਤੁਹਾਡੀ ਕੋ ਗੱਲ ਸੁਣ ਲਵੇ ਹੋ ਸਕਦਾ ਮਿੱਠਾ ਜੀ ਦੀ ਠੀਕ ਹੈ ਨਾ ਤੇ ਯੂਥੀਆ ਜਿਹੜਾ ਉਹ ਬਿਲਕੁਲ ਖਤਮ ਹੋ ਚੁੱਕੇ ਆ ਔਰ ਉਹ ਪਟਵਾਰੀਆਂ ਕੋਲ ਮਾਫੀਆਂ ਮੰਗਦੇ ਫਿਰਦੇ ਨੇ ਪਟਵਾਰੀਆਂ ਦੇ ਨਾਲ ਯਾਰੀਆਂ ਦੋਸਤੀਆਂ ਲਾਉਣ ਦੀ ਕੋਸ਼ਿਸ਼ ਕਰਦੇ ਨੇ ਪਏ ਕਿ ਸਾਡੇ ਬੰਦੇ ਛਡਾ ਦਿਓ ਸਾਡੀ ਤੌਬਾ ਅਸੀਂ ਇਹ ਜਾਣਦੇ ਨਹੀਂ Imran Khan ਨੂੰ ਸਾਡਾ ਕੱਖ ਨਹੀਂ ਛੱਡਿਆ ਇਸ ਇਹ ਉਹ ਇਸ ਸਾਰਾ ਕੁਝ ਜਿਹੜਾ ਇਹ ਚੱਲ ਰਿਹਾ ਹੈ ਸਾਰੇ ਸਾਰੇ ਮੁਲਕਿਆਂ ਚ ਬਰਤਾਨੀਆ ਚ ਵੀ ਫਰਾਂਸ ਚ ਵੀ ਜਰਮਨੀ ਚ ਵੀ ਅਮਰੀਕਾ ਚ ਵੀ ਜ਼ੈਰੀ ਗੱਲ ਪਿੱਛੇ ਬੰਦੇ ਤੇ ਫੜੇਗਾ ਨਾ ਜਿਨ੍ਹਾਂ ਨੂੰ ਪੈਸੇ ਕਲਦੇ ਸੀ ਕਮਾ ਕਮਾ ਕੇ ਕਿ ਟੈਟ ਕਪੜੇ ਪਾ ਕੇ ਜਾਈ ਉੱਥੇ ਜ਼ਮਾਨ ਪਾਰਕ ਤਾਂ ਕਿ ਕੋ ਕੰਮ ਦਾ ਮੁੰਡਾ ਜਿਹੜਾ ਕੋਈ ਬਿਜ਼ਨਸਮੈਨ ਕੋਈ ਵੱਡੀ ਪ੍ਰਾਡ ਵਾਲਾ ਘਰੇ ਤੇ ਸਾਡੋ ਫਖਰ ਹੋਇਆ ਕਿ ਸਾਡੇ ਪੈਸੇ ਜ਼ਾਇਆ ਨਹੀਂ ਹੋਏ ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸਿਆ ਤੇ ਅੱਜ ਉਹ ਹੁਣ ਮਾਫੀਆਂ ਬੈ ਮੰਗਦੇ ਨੇ ਸਾਡੇ ਵਰਗਿਆਂ ਪਟਵਾਰੀਆਂ ਕੋਲ ਕਿ ਸਰ ਜੀ ਸਾਡੇ ਬੰਦੇ ਤੇ ਛੱਡਾ ਦਿਓ ਤੇ ਇਹ ইমরান ਸੀਰੀਜ਼ ਦਾ ਖਾਤਮਾ حافظ ਸਾਹਿਬ ਦਾ ਸ਼ੁਕਰੀਆ 9 ਮਈ ਤੋਂ 9 ਜੂਨ ਤੱਕ ਅੱਲਾਹ ਪਾਕ ਨੇ ਸਾਰਾ غرور ਜਿਹੜਾ ਉਹ ਮਿੱਟੀ ਦੇ ਵਿੱਚ ਮਿਲਾ ਦਿੱਤਾ ਤੇ ਯੁੱਥ ਇਹ ਪਟਵਾਰੀਆਂ ਕੋਲੋਂ ਮਾਫੀਆਂ ਮੰਗ ਰਿਹਾ ਜੀ ਬਹੁਤ ਸ਼ੁਕਰੀਆ